ਜ਼ੀਰਾ ਉਹ ਹਲਕਾ ਵੈ ਜਿੱਥੇ ਹਰ ਵਾਰ ਵੋਟਾਂ ਦੇ ਵੇਲੇ ਸਭ ਤੋਂ ਜ਼ਿਆਦਾ ਲੜਾਈ ਝਗੜੇ ਦੇ ਮਸਲੇ ਸਾਹਮਣੇ ਆਉਂਦੇ ਨੇ ਕੁਲਵੀਰ ਜੀ ਦਾ ਸਾਬਕਾ ਵਿਧਾਇਕ ਨੇ ਉਹ ਆਪਣੇ ਤਰੀਕੇ ਦੇ ਨਾਲ ਇੱਥੇ ਇਲੈਕਸ਼ਨ ਲੜਦੇ ਨੇ ਔਰ ਮੌਜੂਦਾ ਜਿਹੜੇ ਵਿਧਾਇਕ ਨੇ ਕਟਾਰੀਆ ਹੋਰੀ ਉਹ ਆਪਣੇ ਤਰੀਕੇ ਦੇ ਨਾਲ ਇਲੈਕਸ਼ਨ ਲੜਦੇ ਨੇ ਔਰ ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਆਪਸ ਵਿੱਚ ਕਈ ਵਾਰ ਅਸੀਂ ਜਿਹੜਾ ਵੈ ਆਹੋ ਸਾਹਮਣੇ ਹੁੰਦੇ ਹੋਏ ਦੇਖੇ ਨੇ ਇਸ ਵਾਰ ਵੀ ਜਦੋਂ ਪਿੰਡਾਂ ਦੀ ਪੰਚਾਇਤਾਂ ਦੀ ਵੋਟ ਹੋਣੀ ਸੀ ਤਾ ਉਸ ਤੋਂ ਪਹਿਲਾਂ ਜੋ ਮਾਹੌਲ ਜ਼ੀਰੇ ਦੇ ਵਿੱਚ ਦੇਖਿਆ ਤਾਂ ਇਹ ਏਰੀਆ ਸਭ ਤੋਂ ਜ਼ਿਆਦਾ ਸੁਵੇਦਨਸ਼ੀਲ ਏਰੀਆ ਮੰਨਿਆ ਜਾਂਦਾ ਇੱਥੇ ਸਭ ਤੋਂ ਜ਼ਿਆਦਾ ਖਰਚੇ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਨੂੰ ਕਿ ਜ਼ੀਰੇ ਦੇ ਵਿੱਚ ਸਭ ਤੋਂ ਜ਼ਿਆਦਾ ਲੜਾਈ ਝਗੜੇ ਜਿਹੜੇ ਨੇ ਉਹ ਹੁੰਦੇ ਨੇ ਤਾਂ ਇਸ ਵੇਲੇ ਨਵਾਂ ਜ਼ੀਰਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੇ ਤਕਰੀਬਨ 300 ਦੇ ਕਰੀਬ ਵੋਟ ਜਿਹੜੀ ਹੈ ਉਹ ਹੈ لیکن فی الحال سویر دی گھڑی ماحول دکھانے ہیں کیونکہ ایک ایک تصویر دکھانا بے حد لازمی ہے پولیس پرشان سن دی پوری تیاری ہندی ہے جدو اس طریقے دے الیکشن ہوندے نے کیونکہ ا اسی اس ایریا دی جدو گل کردے ہیں تا کئی وار اسی دیکھا ہے کہ ووٹاں تو پہلا جڑے ورکر نے چاہے کانگریس دے ہون چاہے اکھلی دل دے ہون اسوار عام آدمی پارٹی دے وی پٹ دے ہوئے نظر آندے نے کئی وار رولا رپا ਵੱد جاندا ہوا تا ایس واری پولنگ بوث نماز جیرا 140 نمبر ਜਿਹੜਾ ਉਹ ਦਿਖਾ ਰਹੇ ਆ ਕਿ ਕਿਸ ਤਰੀਕੇ ਦੀ ਤਿਆਰੀ ਹੈ ਜਿਹੜਾ ਇੱਥੇ ਸਰਕਾਰੀ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਕਿਉਂਕਿ ਵੈਲਿਡ ਪੇਪਰ ਦੇ ਜ਼ਰੀਏ VOTING ਹੋਣੀ ਹੈ ਤਾਂ ਉਸ ਦੀ ਪੂਰੀ ਤਿਆਰੀ ਜਿਹੜੀ ਉਹ ਕੱਸੀ ਹੋਈ ਹੈ ਔਰ ਹੁਣ ਤੋਂ ਤਕਰੀਬਨ 50 ਮਿੰਟ ਬਾਅਦ VOTING ਜਿਹੜੀ ਉਹ ਸ਼ੁਰੂ ਹੋ ਜਾਏਗੀ ਔਰ ਸ਼ਾਮ 4 ਵਜੇ ਤੱਕ VOTING ਜਿਹੜੀ ਹੋਏਗੀ ਔਰ ਕਿਉਂਕਿ ਏਰੀਆ ਜ਼ਿਆਦਾ ਸੈਂਸਿਟਿਵ ਹੈ ਤਾਂ ਜਿਹੜੇ ਏਰੀਆ ਸੈਂਸਿਟਿਵ ਨੇ ਇਲੈਕਸ਼ਨ ਕਮਿਸ਼ਨ ਨੇ ਜ਼ਿੰਮੇਵਾਰੀ ਲਗਾਈ ਸੀ ਕਿ ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਸੀਸੀਟੀਵੀ ਕੈਮਰੇ ਲਗਾਣ ਵੀਡੀਓਗ੍ਰਾਫੀ ਕਰਵਾਣ ਤਾਂ ਕਿ ਕਿਤੇ ਵੀ ਡਿਸਟਰਬੈਂਸ ਵਾਲਾ ਮਾਹੌਲ ਹੋਵੇ ਜਾਂ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋਵੇ ਤਾਂ ਸੀਸੀਟੀਵੀ ਜਾਂ ਵੀਡੀਓਗ੍ਰਾਫੀ ਦੇ ਜ਼ਰੀਏ ਪਤਾ ਲੱਗ ਸਕੇ ਤਾਂ ਇਹ ਦੇਖੋ ਕਿ ਇੱਥੇ ਵੀਡੀਓਗ੍ਰਾਫੀ ਵੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਇੱਥੇ ਕੈਮਰੇ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਲਗਾਏ ਗਏ ਨੇ ਕਿਉਂਕਿ ਜਿਸ ਗੱਲ ਦਾ ਜ਼ਿਕਰ ਮੈਂ ਥੋੜੀ ਦੇਰ ਪਹਿਲਾਂ ਕਰ ਰਿਹਾ ਸੀ ਕਿ ਜ਼ੀਰਾ ਉਹ ਹਲਕਾ ਜਿਹੜਾ ਸਭ ਤੋਂ ਜ਼ਿਆਦਾ ਸੈਂਸਿਟਿਵ ਰਹਿੰਦਾ ਹੈ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦਾ ਫਿਰੋਜ਼ਪੁਰ ਦੇ ਵਿੱਚ ਜ਼ੀਰਾ ਪੈਂਦਾ ਹੋਇਆ ਔਰ ਇੱਥੇ ਸਭ ਤੋਂ ਜ਼ਿਆਦਾ ਲੜਾਈ ਝਗੜੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕੁਲਬੀਰ ਜ਼ੀਰੇ ਦੇ ਵਿਧਾਇਕ ਤੇ ਨਾਲ ਹੀ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਕੁਲਵੀਰ ਜ਼ੀਰਾ ਤੇ ਮੌਜੂਦਾ ਵਿਧਾਇਕ ਨੇ ਜਿਹੜੇ ਕਟਾਰੀਆ ਇਹਨਾਂ ਦੇ ਵਰਕਰ ਕਈ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਆਪਸ ਵਿੱਚ ਭਿੜਦੇ ਹੋਏ ਨਜ਼ਰ ਆਉਂਦੇ ਨੇ ਔਰ ਇਹ ਤਸਵੀਰਾਂ ਅਸੀਂ ਕੁਝ ਦਿਨ ਪਹਿਲਾਂ ਟੀਵੀ ਸਕਰੀਨ ਤੇ ਵੀ ਦਿਖਾਈਆਂ ਸੀ ਤਾਂ ਇਸ ਵੇਲੇ ਮਾਹੌਲ ਸ਼ਾਂਤ ਜ਼ਰੂਰ ਹੈ ਔਰ ਉਮੀਦ ਕਰਦੇ ਹਾਂ ਕਿ ਜ਼ੀਰੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਵੋਟਾਂ ਜੜੀਆਂ ਨੇ ਔਰ ਹਰੇਕ ਥਾਈਂ ਪੈ ਜਾਣ ਜ਼ੀਰਾ ਉਹ ਹਲਕਾ ਵਾ ਜਿੱਥੇ ਹਰ ਵਾਰ ਵੋਟਾਂ ਦੇ ਵੇਲੇ ਸਭ ਤੋਂ ਜ਼ਿਆਦਾ ਲੜਾਈ ਝਗੜੇ ਦੇ ਮਸਲੇ ਸਾਹਮਣੇ ਆਉਂਦੇ ਨੇ ਕੁਲਵੀਰ ਜੀ ਦਾ ਸਾਬਕਾ ਵਿਧਾਇਕ ਨੇ ਉਹ ਆਪਣੇ ਤਰੀਕੇ ਦੇ ਨਾਲ ਇੱਥੇ ਇਲੈਕਸ਼ਨ ਲੜਦੇ ਨੇ ਔਰ ਮੌਜੂਦਾ ਜਿਹੜੇ ਵਿਧਾਇਕ ਨੇ ਕਟਾਰੀਆ ਹੋਰੀ ਉਹ ਆਪਣੇ ਤਰੀਕੇ ਦੇ ਨਾਲ ਇਲੈਕਸ਼ਨ ਲੜਦੇ ਨੇ ਔਰ ਇਹਨਾਂ ਦੇ ਜਿਹੜੇ ਸਮਰਥਕ ਨੇ ਉਹ ਆਪਸ ਵਿੱਚ ਕਈ ਵਾਰ ਅਸੀਂ ਜਿਹੜਾ ਹੈ ਆਹਮੋ ਸਾਹਮਣੇ ਹੁੰਦੇ ਹੋਏ ਦੇਖੇ ਨੇ ਇਸ ਵਾਰ ਵੀ ਜਦੋਂ ਪਿੰਡਾਂ ਦੀ ਪੰਚਾਇਤਾਂ ਦੀ ਵੋਟ ਹੋਣੀ ਸੀ ਤਾ ਉਸ ਤੋਂ ਪਹਿਲਾਂ ਜੋ ਮਾਹੌਲ ਜ਼ੀਰੇ ਦੇ ਵਿੱਚ ਦੇਖਿਆ ਤਾਂ ਇਹ ਏਰੀਆ ਸਭ ਤੋਂ ਜ਼ਿਆਦਾ ਸੁਵੇਦਨਸ਼ੀਲ ਏਰੀਆ ਮੰਨਿਆ ਜਾਂਦਾ ਇੱਥੇ ਸਭ ਤੋਂ ਜ਼ਿਆਦਾ ਖਰਚੇ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਨੂੰ ਕਿ ਜ਼ੀਰੇ ਦੇ ਵਿੱਚ ਸਭ ਤੋਂ ਜ਼ਿਆਦਾ ਲੜਾਈ ਝਗੜੇ ਜਿਹੜੇ ਨੇ ਉਹ ਹੁੰਦੇ ਨੇ ਤਾਂ ਇਸ ਵੇਲੇ ਨਵਾਂ ਜ਼ੀਰਾ ਪਿੰਡ ਦੇ ਵਿੱਚ ਅਸੀਂ ਮੌਜੂਦ ਹਾਂ ਔਰ ਇੱਥੇ ਤਕਰੀਬਨ 300 ਦੇ ਕਰੀਬ ਵੋਟ ਜਿਹੜੀ ਹੈ ਉਹ ਹੈ لیکن فی الحال سویر دی گھڑی ماحول دکھانے کیونکہ ایک ایک تصویر دکھانا بے حد لازمی ہے پولیس پرشان سن دی پوری تیاری ہندی ہے جدو اس طریقے دے الیکشن ہوندے نے کیونکہ ا اسی اس ایریا دی جدو گل کردے ہاں تا کئی بار اسی دیکھا ہے کہ ووٹاں تو پہلا جڑے ورکر نے چاہے کانگریس دے ہون چاہے اکھلی دل دے ہون اسوار عام آدمی پارٹی دے وی پٹ دے ہوئے نظر آندے نے کئی بار رولا رپا ਵੱਧ جاندا ہوا تا ایسوری پولنگ بوث نوازیرا 140 نمبر ਜਿਹੜਾ ਉਹ ਦਿਖਾ ਰਹੇ ਆ ਕਿ ਕਿਸ ਤਰੀਕੇ ਦੀ ਤਿਆਰੀ ਹੈ ਜਿਹੜਾ ਇੱਥੇ ਸਰਕਾਰੀ ਅ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਕਿਉਂਕਿ ਵੈਲਿਡ ਪੇਪਰ ਦੇ ذریعے ਵੋਟਿੰਗ ਹੋਣੀ ਹੈ ਤਾਂ ਉਸ ਦੀ ਪੂਰੀ ਤਿਆਰੀ ਜਿਹੜੀ ਉਹ ਕੱਸੀ ਹੋਈ ਹੈ ਔਰ ਹੁਣ ਤੋਂ ਤਕਰੀਬਨ 50 ਮਿੰਟ ਬਾਅਦ ਵੋਟਿੰਗ ਜਿਹੜੀ ਉਹ ਸ਼ੁਰੂ ਹੋ ਜਾਏਗੀ ਔਰ ਸ਼ਾਮ 4 ਵਜੇ ਤੱਕ ਵੋਟਿੰਗ ਜਿਹੜੀ ਹੋਏਗੀ ਔਰ ਕਿਉਂਕਿ ਏਰੀਆ ਜ਼ਿਆਦਾ ਸੈਂਸਿਟਿਵ ਹੈ ਤਾਂ ਜਿਹੜੇ ਏਰੀਆ ਸੈਂਸਿਟਿਵ ਨੇ ਇਲੈਕਸ਼ਨ ਕਮਿਸ਼ਨ ਨੇ ਜ਼ਿੰਮੇਵਾਰੀ ਲਗਾਈ ਸੀ ਕਿ ਡਿਪਟੀ ਕਮਿਸ਼ਨਰ ਆਪਣੇ ਪੱਧਰ ਤੇ ਸੀਸੀਟੀਵੀ ਕੈਮਰੇ ਲਗਾਉਣ ਵੀਡੀਓਗ੍ਰਾਫੀ ਕਰਵਾਉਣ ਤਾਂ ਕਿ ਕਿਤੇ ਵੀ ਡਿਸਟਰਬੈਂਸ ਵਾਲਾ ਮਾਹੌਲ ਹੋਵੇ ਜਾਂ ਇਲਜ਼ਾਮਬਾਜ਼ੀਆਂ ਦਾ ਦੌਰ ਸ਼ੁਰੂ ਹੋਵੇ ਤਾਂ ਸੀਸੀਟੀਵੀ ਜਾਂ ਵੀਡੀਓਗ੍ਰਾਫੀ ਦੇ ਜ਼ਰੀਏ ਪਤਾ ਲੱਗ ਸਕੇ ਤਾਂ ਇਹ ਦੇਖੋ ਕਿ ਇੱਥੇ ਵੀਡੀਓਗ੍ਰਾਫੀ ਵੀ ਜਿਹੜੀ ਹੈ ਉਹ ਕਰਵਾਈ ਜਾ ਰਹੀ ਹੈ ਇੱਥੇ ਕੈਮਰੇ ਜਿਹੜੇ ਨੇ ਉਹ ਬਕਾਇਦਾ ਤੌਰ ਤੇ ਲਗਾਏ ਗਏ ਨੇ ਕਿਉਂਕਿ ਜਿਸ ਗੱਲ ਦਾ ਜ਼ਿਕਰ ਮੈਂ ਥੋੜੀ ਦੇਰ ਪਹਿਲਾਂ ਕਰ ਰਿਹਾ ਸੀ ਕਿ ਜ਼ੀਰਾ ਉਹ ਹਲਕਾ ਜਿਹੜਾ ਸਭ ਤੋਂ ਜ਼ਿਆਦਾ ਸੈਂਸਿਟਿਵ ਰਹਿੰਦਾ ਹੈ ਬਾਰਡਰ ਦੇ ਨਾਲ ਪਾਕਿਸਤਾਨ ਦੇ ਬਿਲਕੁਲ ਨਾਲ ਲੱਗਦਾ ਫਿਰੋਜ਼ਪੁਰ ਦੇ ਵਿੱਚ ਜ਼ੀਰਾ ਪੈਂਦਾ ਵਾ ਔਰ ਇੱਥੇ ਸਭ ਤੋਂ ਜ਼ਿਆਦਾ ਲੜਾਈ ਝਗੜੇ ਦੀਆਂ ਖਬਰਾਂ ਜਿਹੜੀਆਂ ਨੇ ਉਹ ਸਾਹਮਣੇ ਆਉਂਦੀਆਂ ਨੇ ਕੁਲਬੀਰ ਜ਼ੀਰੇ ਦੇ ਵਿਧਾਇਕ ਤੇ ਨਾਲ ਹੀ ਨਾਲ ਜਿਹੜੇ ਸਾਬਕਾ ਵਿਧਾਇਕ ਨੇ ਕੁਲਬੀਰ ਜ਼ੀਰਾ ਤੇ ਮੌਜੂਦਾ ਵਿਧਾਇਕ ਨੇ ਜਿਹੜੇ ਕਟਾਰੀਆ ਇਹਨਾਂ ਦੇ ਵਰਕਰ ਕਈ ਪਿੰਡਾਂ ਦੇ ਵਿੱਚ ਕਈ ਥਾਵਾਂ ਤੇ ਆਪਸ ਵਿੱਚ ਭਿੜਦੇ ਹੋਏ ਨਜ਼ਰ ਆਉਂਦੇ ਨੇ ਔਰ ਇਹ ਤਸਵੀਰਾਂ ਅਸੀਂ ਕੁਝ ਦਿਨ ਪਹਿਲਾਂ ਟੀਵੀ ਸਕਰੀਨ ਤੇ ਵੀ ਦਿਖਾਈਆਂ ਸੀ ਤਾਂ ਇਸ ਵੇਲੇ ਮਾਹੌਲ ਸ਼ਾਂਤ ਜ਼ਰੂਰ ਹੈ ਔਰ ਉਮੀਦ ਕਰਦੇ ਹਾਂ ਕਿ ਜ਼ੀਰੇ ਦੇ ਵਿੱਚ ਸਹੀ ਤਰੀਕੇ ਦੇ ਨਾਲ ਅਮਨ ਸ਼ਾਂਤੀ ਦੇ ਨਾਲ ਵੋਟਾਂ ਜੜੀਆਂ ਨੇ ਔਰ ਹਰੇਕ ਥਾਈਂ ਪੈ ਜਾਣ